ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ ਜੀ ਤੁਹਾਡੇ ਸਾਰਿਆਂ ਦੇ। ਵੈਲਕਮ ਬੈਕ ਟੂ ਆਰ ਚੈਨਲ ਬਰਨਾਲਾ ਬੁੱਟਸ। ਅੱਜ ਦੀ ਇਹ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ। ਤੁਸੀਂ ਦੇਖਿਆ ਹੋਣਗੇ ਕਈ ਸ਼ੋਰੂਮਾਂ ਦੇ ਵਿੱਚ ਤੁਸੀਂ ਡੇਢ ਡੇਢ ਦੋ ਦੋ ਤਿੰਨ ਤਿੰਨ ਪੰਜ ਪੰਜ ਦਸ ਦਸ ਲੱਖ ਦੇ ਵੀ ਸੋਫੇ ਵਿਕਦੇ ਨੇ। ਅੱਛਾ, ਅਸੀਂ ਤੁਹਾਨੂੰ ਨੋਰਮਲ ਸੋਫਾ ਨਹੀਂ, ਉਹੀ ਸੋਫਾ ਦਿਖਾਉਣ ਜਾ ਰਹੇ ਹਾਂ। ਅਸੀਂ ਦਿਖਾਵਾਂਗੇ ਕਿੰਨੀ ਕੁ ਉਹਦੀ ਕੋਸਟਿੰਗ ਹੁੰਦੀ ਹੈ, ਕੀ ਉਹਦੇ ਜਾਇਜ਼ ਰੇਟ ਨੇ, ਮਾਰਕੀਟ ਦੇ ਵਿੱਚ ਕੀ ਚੱਲਦਾ ਗਾ, ਬਣਨ ਨੂੰ ਕਿੰਨਾ ਸਮਾਂ ਲੱਗਦਾ ਗਾ, ਕਿੰਨੇ ਕੁ ਦਾ ਸੋਫਾ ਹੁੰਦਾ ਹੈ, ਡਿਜ਼ਾਈਨ, ਉਹਦੀ ਕੁਆਲਿਟੀ, ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸਾਰਾ ਦਿਖਾਵਾਂਗੇ। ਆਓ ਲੈ ਚੱਲਦੇ ਹਾਂ। ਜਿਵੇਂ ਕਿ ਤੁਸੀਂ ਇਹ ਦੇਖ ਸਕਦੇ ਹੋ, ਸਾਰਾ ਇਹ ਸਾਗਵਾਨ ਦਾ ਸੋਫਾ ਬਣ ਰਿਹਾ ਹੈਗਾ। ਇਹ ਤੁਸੀਂ ਕੱਚਾ ਮਾਲ ਦੇਖੋ ਪਹਿਲਾਂ, ਇਹ ਸਾਰਾ ਜਿਹੜਾ ਬਣਿਆ ਹੋਏਗਾ ਸੋਫਾ ਕਾਰਵਿੰਗ ਵਾਲਾ, ਸਾਰਾ ਸਾਗਵਾਨ ਦੇ ਵਿੱਚ ਬਣਿਆ ਹੋਏਗਾ। ਸਾਰਾ ਇਹ ਜਿਹੜਾ ਸੋਫਾ ਸਾਗਵਾਨ ਦੇ ਵਿੱਚ ਵੀ ਬਣ ਸਕਦਾ ਗਾ, ਟਾਹਲੀ ਦੇ ਵਿੱਚ ਵੀ ਬਣ ਸਕਦਾ ਗਾ, ਮਾੜੀਆਂ ਲੱਕੜਾਂ ਦੇ ਵਿੱਚ ਵੀ ਬਣ ਸਕਦਾ, ਔਰ ਮਾੜੀਆਂ ਲੱਕੜਾਂ ਦੇ ਵਿੱਚ ਬਣਾ ਕੇ ਲਾਂਭਾ ਬਹੁਤ ਆ ਜਾਂਦਾ ਗਾ। ਬਾਕੀ ਜਿਹੜੀ ਇਹਦੀ ਸਾਰੀ ਕਢਾਈ ਆ ਹੱਥੀਂ ਕਰੀ ਹੋਈ ਆ, ਸਾਰੀ ਜਿੰਨੀ ਡਿਜ਼ਾਈਨ ਹੈਗਾ ਮਸ਼ੀਨੀ ਨਹੀਂ ਹੈਗੀ, ਹੱਥਾਂ ਨਾਲ ਕਢਾਈ ਹੈ। ਅੱਜ ਕੱਲ ਸੀਐਨਸੀ ਦਾ ਬਹੁਤ ਵਰਕ ਚੱਲਦਾ, ਮਸ਼ੀਨਾਂ ਦਾ ਬਹੁਤ ਵਰਕ ਚੱਲਦਾ ਗਾ। ਮਸ਼ੀਨਾਂ ਵਾਲੇ ਜਿਹੜੇ ਸੋਫੇ ਹੁੰਦੇ ਨੇ ਉਹ ਮੇਰੇ ਹਿਸਾਬ ਨਾਲ ਆਹ ਕਢਾਈ ਤਾਂ ਦੇ ਦਿੰਦੇ ਨੇ, ਪਰ ਜਿਹੜੇ ਹਿਸਾਬ ਨਾਲ ਇੱਕ ਫੁੱਲ ਦਾ, ਮੰਨ ਲਓ ਆ ਫੁੱਲ ਦੀ ਡੰਗਾਈ ਬਣੀ ਹੋਈ ਹੈ, ਡੰਗਾਈ ਨਹੀਂ ਮਸ਼ੀਨਾਂ ਦੇ ਵਿੱਚ ਆਉਂਦੀ, ਸਹੀ ਹੈ ਨਾ ਗੱਲ? ਇਹ ਸਹੀ ਗੱਲ ਹੈ, ਇਹ ਡੰਗਾਈ ਨਹੀਂ, ਇਹ ਜਿਹੜਾ ਸਾਰਾ ਕੰਮ ਹੋਇਆ ਹੋਇਆ ਸਾਰਾ ਹੱਥੀਂ ਕੰਮ ਹੋਇਆ ਹੋਇਆ ਗਾ। ਤਕੜੇ ਸ਼ੋਰੂਮਾਂ ਦੇ ਵਿੱਚ, ਬਾਹਲੇ ਵੱਡੇ ਸ਼ੋਰੂਮਾਂ ਦੇ ਵਿੱਚ ਇਹੋ ਜਿਹੇ ਸੋਫੇ ਤੁਹਾਨੂੰ 7-7 ਸੀਟਰ, 3 ਲੱਖ, 4 ਲੱਖ, 5 ਲੱਖ, ਤੇ ਕਈ ਜਿਹੜੇ ਆਪਦੇ ਆਪ ਨੂੰ ਬਹੁਤ ਬ੍ਰਾਂਡਡ ਕਹਾਉਂਦੇ ਨੇ 10-10 ਲੱਖ ਦੇ ਵੀ ਵਿਕਦੇ ਨੇ। ਪਰ ਬਰਨਾਲਾ ਬੁੱਟਸ ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਪ੍ਰਾਈਜ਼ ਬਹੁਤ ਹੀ ਘੱਟ ਹੋਣ ਵਾਲਾ ਗਾ। ਸਾਰੀ ਚੀਜ਼ ਜਿਹੜੀ ਅਸੀਂ ਲਾਉਂਦੇ ਹਾਂ ਪਿਓਰ ਲਾਉਂਦੇ ਹਾਂ। ਅੱਜ ਕੱਲ੍ਹ ਇੱਕ ਫਾਈਬਰ ਦਾ ਕਨਸੈਪਟ ਚੱਲ ਰਿਹਾ, ਉਹਦਾ ਕੀ ਸਿਸਟਮ ਹੈ? ਫਾਈਬਰ ਦਾ ਤਿਆਰ ਕਰਕੇ ਪਾਲਸ ਜਮਾ ਇਦਾਂ ਦੀ ਕਰਕੇ ਉਹਨੂੰ ਸਾਗਵਾਨ ਕਹਿ ਕੇ ਵੇਚੀ ਜਾਂਦੇ, ਜਿਵੇਂ 2.5 ਲੱਖ ਦਾ ਵੇਚਦਾ, 3 ਲੱਖ ਦਾ ਵੇਚਦਾ, 10-10 ਸੀਟਾਂ। ਪਰ ਆਪਣੀਆਂ ਜਿਹੜੀਆਂ 10 ਸੀਟਾਂ ਨੇ ਬਹੁਤ ਹੀ ਘੱਟ ਖਰਚਾ ਹੁੰਦਾ ਇਹਨਾਂ ਤੇ ਕੁਆਲਿਟੀ ਪੂਰੀ ਨੰਬਰ ਬਣਨੀ ਹੈ। ਅੱਛਾ, ਤੇ ਜਿਵੇਂ ਸਾਗਵਾਨ ਤੇ ਫਾਈਬਰ ਦੇ ਵਿੱਚ ਫਰਕ ਕੀ ਹੁੰਦਾ ਗਾ? ਜਿਵੇਂ ਮੈਂ ਸੁਣਿਆ ਗਾ ਫਾਈਬਰ ਦੇ ਸੋਫੇ ਸਾਗਵਾਨ ਦੇ ਸੋਫੇ ਨਾਲੋਂ ਸਸਤੇ ਹੁੰਦੇ ਨੇ, ਸਸਤੇ ਤਾਂ ਹੁੰਦੇ ਨੇ, ਕੋਈ ਸਸਤਾ ਵੇਚਦਾ ਵੀ ਹੈ, ਕਈ ਉਹੀ ਰੇਟਾਂ ਦੇ ਵਿੱਚ ਚੁਕਾਈ ਜਾਂਦਾ ਗਾ। ਵੀ ਮਤਲਬ ਸਾਗਵਾਨ ਦਾ ਵੀ ਸਾਗਵਾਨ ਕਿਉਂ ਮਹਿੰਗੀ ਹੈ, ਫਾਈਬਰ ਵਾਲੇ ਕਿਉਂ ਸਸਤੇ ਨੇ, ਤੇ ਆਪਾਂ ਸਾਰੇ ਲੋਕ ਫਾਈਬਰ ਦਾ ਸੋਫਾ ਮਤਲਬ ਸਾਗਵਾਨ ਦਾ ਸੋਫਾ ਹੀ ਲੈਣਾ ਕਿਉਂ ਪਸੰਦ ਕਰਦੇ ਨੇ? ਫਾਈਬਰ ਦੇ ਸੋਫਿਆਂ ਦੇ ਵਿੱਚ ਕੀ ਘਾਟ ਵੱਧ ਰਹਿੰਦੀ ਹੈ? ਜਿਹੜਾ ਸਾਗਵਾਨ ਦਾ ਸੋਫਾ, ਇਹਦੀ ਕੋਈ ਕੰਪਲੇਂਟ ਨਹੀਂ ਆਉਂਦੀ, ਇਹਨੂੰ ਆਪਾਂ 10-20 ਸਾਲ ਜਿਵੇਂ ਮਰਜ਼ੀ ਵਰਤੀ ਜਾਂਦੇ ਹਾਂ। ਜਿਹੜਾ ਫਾਈਬਰ ਦਾ ਸੋਫਾ ਗਾ ਜੀ, ਉਹਦੇ ਕੋਈ ਚੀਜ਼ ਵੱਜੇ, ਜਿਵੇਂ ਆਪਾਂ ਕਹਿੰਦੇ ਹਥੌੜੀ ਵੱਜੇ, ਜਾਂ ਕਈ ਬੰਦੇ ਪੰਜਾਬੀਆਂ ਨੂੰ ਕੀ ਆਦਤ ਹੁੰਦੀ ਆ, ਚਾਬੀ ਲੈ ਲਈ, ਚਾਬੀ ਨਾਲ ਖੁਰਚਣਾ ਸ਼ੁਰੂ ਕਰ ਜਾਂਦੇ ਨੇ, ਉਹਦੇ ਵਿੱਚ ਗਲੀਆਂ ਹੋ ਜਾਂਦੀਆਂ ਫਾਈਬਰ ਵਾਲੇ ਦੇ ਵਿੱਚ। ਇਹ ਲੱਕੜ ਦੇ ਵਿੱਚ ਜਿਵੇਂ ਮਰਜ਼ੀ ਇਹਨੂੰ, ਚਾਹੇ ਕੋਈ ਥੌੜਾ ਲੈ ਕੇ, ਚਾਹੇ ਜਿਵੇਂ ਮਰਜ਼ੀ ਇਹਨੂੰ, ਕੋਈ ਫਰਕ ਨਹੀਂ ਪੈਂਦਾ। ਸਾਗਵਾਨ ਦੀ ਜਿਹੜੀ ਮਤਲਬ ਵਧੀਆ ਕੁਆਲਿਟੀ ਲੱਗੀ ਹੋਈ ਆ, ਇਹਨੂੰ ਕੋਈ ਨੁਕਸਾਨ ਨਹੀਂ, 20 ਸਾਲ ਜਿਵੇਂ ਮਰਜ਼ੀ ਆਪਾਂ ਇਹਨੂੰ ਵਰਤੀ ਜਾ ਸਕਦੇ। ਬਾਕੀ ਇੱਕ ਗੱਲ ਇਹ 'ਚ ਹੋਰ ਵੀ ਹੈ ਨਾ, ਜਿਵੇਂ ਹੋਰ ਸਾਰੇ ਫੁੱਲ ਕੁਸ਼ਨਿੰਗ ਵਾਲੇ ਸੋਫੇ ਹੁੰਦੇ ਨੇ, ਉਹ ਵੀ ਜਦੋਂ ਟਾਈਮ ਲੰਘੇ ਤੋਂ 5-10 ਸਾਲ ਜਿੰਨੀ ਵੀ ਉਹਦੀ ਮਿਆਦ ਹੁੰਦੀ ਹੈ, ਉਹਨਾਂ ਟਾਈਮ ਲੰਘ ਕੇ ਉਹ ਸਿੱਟਣ ਜੋਗੇ ਹੋ ਜਾਂਦੇ ਨੇ। ਇਹਨਾਂ ਦੇ ਇਹਦਾ ਜਿਹੜਾ ਮੁੱਲ ਹੈ, ਸਾਰਾ ਮੁੱਲ ਹੀ ਇਹਦਾ ਲੱਕੜ ਦਾ ਗਾ, ਸਾਰਾ ਮੁੱਲ ਹੀ ਇਹਦਾ ਕਢਾਈ ਦਾ, ਕਢਾਈ ਦਾ ਮੁੱਲ ਹੈਗਾ ਜੀ। ਜਿਵੇਂ ਮਤਲਬ ਬੰਦਾ ਸਾਗਵਾਨ ਦਾ ਸੋਫਾ ਲੈਂਦਾ ਗਾ, 10 ਸਾਲ ਸੋਫਾ ਵਰਤ ਕੇ, ਆਪਾਂ ਨੂੰ ਸੋਫਾ 50% ਤੇ ਚੁਕਾ ਦੇਵੇ, ਠੀਕ ਹੈ ਜੀ। ਅੱਜ 2 ਲੱਖ ਦਾ ਲੈ ਲਿਆ ਸੋਫਾ, 10 ਸਾਲ ਵਰਤੋ, 5 ਸਾਲ ਵਰਤੋ, 1 ਲੱਖ ਰੁਪਏ ਦਾ ਆਪਾਂ ਨੂੰ ਸੋਫਾ ਚੁਕਾ ਦੇ। ਲਓ ਵੀ, ਇਹ ਵੀ ਤੁਹਾਡੇ ਲਈ ਗੱਲ ਬਹੁਤ ਹੀ ਖਾਸ ਹੋਣ ਵਾਲੀ ਹੈ। ਜਿੰਨੇ ਦਾ ਵੀ ਤੁਸੀਂ ਸੋਫਾ ਸਾਡੇ ਬਰਨਾਲਾ ਬੁੱਟਸ ਤੋਂ ਪਰਚੇਜ ਕਰਦੇ ਹੋ, ਮੰਨ ਲਓ ਤੁਸੀਂ ਸਾਡੇ ਸ਼ੋਰੂਮ ਤੋਂ 3 ਲੱਖ ਦਾ ਸੋਫਾ ਪਰਚੇਜ ਕਰ ਲਿਆ, 2 ਲੱਖ ਦਾ ਸੋਫਾ ਪਰਚੇਜ ਕਰ ਲਿਆ, 5 ਸਾਲ ਬਾਅਦ, 10 ਸਾਲ ਬਾਅਦ, 15 ਸਾਲ ਬਾਅਦ, ਜਦੋਂ ਵੀ ਉਹ ਸੋਫੇ ਦੇ ਡਿਜ਼ਾਈਨ ਤੋਂ ਅੱਕ ਗਿਆ, ਤੁਸੀਂ ਨਵਾਂ ਸੋਫਾ ਲੈਣਾ ਚਾਹੁੰਦੇ ਹੋ, ਸਾਡੇ ਕੋਲ ਆਓ, ਸਾਨੂੰ ਜਿਹੜਾ ਸਾਡਾ ਸੋਫਾ ਵੇਚਿਆ ਹੋਏਗਾ ਅੱਧ ਮੁੱਲ ਦੇ ਵਿੱਚ ਕਟਾ ਦਿਓ, ਤੇ ਸੋਫਾ ਸਾਡੇ ਤੋਂ ਨਵਾਂ ਲੈ ਕੇ ਜਾ ਸਕਦੇ ਹੋ, ਠੀਕ ਹੈ। ਬਾਕੀ ਇੱਕ ਵਾਰ ਤੁਸੀਂ ਇਹਦੇ ਕੁਰਸੀਆਂ ਤੇ ਵੀ ਨਿਗਾਹ ਮਾਰੋ, ਬਹੁਤ ਹੀ ਸ਼ਾਨਦਾਰ ਕੁਰਸੀਆਂ ਬਣੀਆਂ ਹੋਈਆਂ ਗਿਆ। ਬਾਕੀ ਟੇਬਲ ਨੇ, ਟੇਬਲ ਸੈਂਟਰ ਟੇਬਲ ਹੋ ਗਿਆ, ਹਾਂਜੀ। ਬਾਕੀ ਹੋਰ ਵੀ ਬੰਦਾ ਅਸੈਸਰੀ ਐਡ ਕਰਵਾ ਸਕਦਾ ਇਹ 'ਚ, ਜਿਵੇਂ ਪਫੀਜ਼ ਵਗੈਰਾ ਹੋ ਗਈਆਂ, ਜਿਹਨੂੰ ਡਬਲ ਸਾਈਡ ਬਾਜੂ ਹੁੰਦੀ ਹੈ ਪਰ ਬੈਕ ਨਹੀਂ ਹੁੰਦੀ, ਉਦਾਂ ਦੀ ਚੀਜ਼ ਐਡ ਕਰਵਾ ਸਕਦੇ ਹੋ, ਮਹਾਰਾਜ ਚਿਹਰਾ ਛੋਟੀਆਂ ਬਣਵਾ ਸਕਦੇ ਹੋ, ਸਾਰੀ ਚੀਜ਼ ਹੋ ਸਕਦੀ ਹੈ। ਪਰ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ, ਜਿਹੜੀ ਲੱਕੜ ਦੇ ਵਿੱਚ ਡੀਲ ਕਰਦੇ ਹਾਂ, ਟਾਹਲੀ ਜਾਂ ਸਾਗਵਾਨ ਵਧੀਆ ਲੱਕੜਾਂ ਦੇ ਵਿੱਚ ਹੀ ਡੀਲ ਕਰਦੇ ਹਾਂ, ਮਾੜਾ ਕੰਮ ਨਾ ਸਾਨੂੰ ਕਰਨਾ ਆਉਂਦਾ ਤੇ ਨਾ ਮਾੜਾ ਕੰਮ ਅਸੀਂ ਕਰਦੇ ਹਾਂ। ਤੇ ਹੋਰ ਮਤਲਬ ਇਹਦੇ ਤੇ ਕੁਸ਼ਨਿੰਗ ਵਗੈਰਾ ਦਾ ਕਿਵੇਂ ਕੀ ਕਨਸੈਪਟ ਹੈ? ਤਾਂ ਆਪਾਂ ਜਿਵੇਂ ਸੋਫੇ ਦੇਖ ਰਹੇ, ਸਾਰੇ ਕੱਚੇ ਸੋਫੇ ਦੇਖ ਰਹੇ ਹਾਂ, ਕੁਸ਼ਨਿੰਗ ਵਗੈਰਾ ਮਤਲਬ ਕਿੱਦਾਂ ਕੀ ਹੋਊਗਾ? ਕੀ ਪਹਿਲਾਂ ਤਾਂ ਇਹਨੂੰ ਕੱਚਾ ਤਿਆਰ ਕਰਨ ਤੀ ਜੀ, ਗ੍ਰੇਡ ਤਿਆਰ ਕਰਨ ਤੀ, ਮੰਨ ਕੇ ਚੱਲੋ ਵੀ 10-12 ਦਿਨ ਲੱਗ ਜਾਂਦੇ ਨੇ, ਠੀਕ ਹੈ। ਇਸ ਤੋਂ ਬਾਅਦ ਆ ਗਈ ਪੌਲਸ ਜੀ, ਪੌਲਸ ਨੂੰ ਵੀ 10-12 ਦਿਨ ਲੱਗਦੇ ਆ ਜੀ। ਦੇਖੋ 2 ਦਿਨਾਂ ਦੇ ਵਿੱਚ ਤਾਂ ਇਹਦੀ ਸਾਰੀ ਰੇਹ ਮਾਰ ਲੱਗਦਾ ਜੀ, ਰੇਹ ਮਾਰ ਲੱਗਦਾ, ਹਾਂ ਰੇਹ ਮਾਰ ਲੱਗ ਕੇ ਕਟਾਈ ਹੁੰਦੀ ਆ। ਇਸ ਤੋਂ ਬਾਅਦ 2 ਦਿਨ ਹੀ ਸਿਲਰ ਦੀ ਭਰਾਈ ਤੇ ਲੱਗ ਜਾਂਦੇ ਜੀ। ਇਸ ਤੋਂ ਬਾਅਦ ਅੱਗੇ ਦੀ ਜਿਹੜੀ ਚੌਂਕ ਲਿਆਉਣੀ ਆ, ਮਾਲ ਪਾਉਣਾ, ਜਿੱਦਾਂ ਦਾ ਪਾਉਣਾ, ਗੋਲਡਨ ਪਾਉਣਾ, ਬਰਾਊਨ ਪਾਉਣਾ, ਫਿਰ ਪੈਂਦਾ। ਅੱਛਾ, ਇੱਕ ਗੱਲ ਹੋਰ ਵੀ ਨੋਟ ਕਰਨ ਵਾਲੀ, ਜਿਵੇਂ ਕਾਰਵਿੰਗ, ਇਹ ਕਸਟਮਰ ਦੀ ਡਿਮਾਂਡ ਸੀ ਕਿ ਸਾਨੂੰ ਜਿਹੜੀ ਲੱਕੜ
ਉਹ ਨੈਚੁਰਲ ਦਿਖਣੀ ਚਾਹੀਦੀ ਹੈ। ਜਿਵੇਂ ਇੱਥੇ ਤੁਸੀਂ ਦੇਖੋ ਜੇ ਬਰੀਕੀ ਨਾਲ ਇੱਥੇ ਸਾਰੇ ਲੱਕੜ ਦੇ ਪੂਰਾ ਰੇਸ਼ਾ ਦਿਖਦਾ ਗਾ, ਰੇਸ਼ਾ ਕੋਈ ਪਾਲਸ਼ ਨਾਲ ਨਹੀਂ ਬਣਾਇਆ, ਸਾਰਾ ਨੈਚੁਰਲ ਰੇਸ਼ਾ। ਇਧਰੋਂ ਪਿੱਛੋਂ ਦੇਖੋ ਬਹੁਤ ਨੈਚੁਰਲ ਪੋਲਿਸ਼ ਹੋਈ ਵੀ ਆ। ਬਾਕੀ ਇਹਦੇ ਆਇਨ ਹੈਗਾ ਕਿ ਪੋਲਿਸ਼ ਦਾ ਡਿਜ਼ਾਈਨ ਇਹੀ ਰਿਹਾ, ਬਹੁਤ ਜ਼ਿਆਦਾ ਸ਼ੇਡ ਹੁੰਦੇ ਨੇ ਪੋਲਿਸ਼ ਦੇ। ਇਹਦੇ ਤੱਕ ਆਪਾਂ ਹਜੇ ਤੱਕ ਕੋਈ ਪਾਊਡਰ ਨਹੀਂ ਭਰਿਆ, ਕੋਈ ਰੰਗ ਨਹੀਂ ਦਿੱਤਾ, ਜਿਹੜਾ ਵੀ ਰੰਗ ਹੈ ਇਹਦਾ ਲੱਕੜ ਦਾ ਹੀ ਨਿਕਲਿਆ ਹੈਗਾ ਹਜੇ ਤੱਕ। ਠੀਕ ਹੈ, ਸਿਰਫ ਤੇ ਸਿਰਫ ਲੱਕੜ ਦਾ ਰੰਗ ਹੈ ਕਿ ਆਪਾਂ ਲੱਕੜ ਨੂੰ ਹਜੇ ਚਮਕਾਈ ਹੈ, ਵੀ ਆਪਾਂ ਇਹਦੇ ਪੋਲਿਸ਼ ਨਹੀਂ ਹਜੇ ਕੋਈ ਕੀਤੀ, ਹਜੇ ਤਾਂ ਬਸ ਇਹਦੇ ਲੱਕੜ ਨੂੰ ਚਮਕਾਈ ਹੈ। ਜੇ ਮਤਲਬ ਚਮਕਾ ਕੇ ਇੰਨਾ ਘੈਂਟ ਲੱਗ ਰਿਹਾ ਹੈਗਾ, ਮੇਰੇ ਸਾਹਮਣੇ ਬਣ ਕੇ ਤਾਂ ਬੜਾ ਘੈਂਟ ਲੱਗੂ ਹਨਾ, ਬਣ ਕੇ ਤਾਂ ਬਹੁਤ ਜ਼ਿਆਦਾ ਵਧੀਆ ਲੱਗੂਗਾ। ਪੋਲਿਸ਼ ਦੇ ਵਿੱਚ ਡਿਜ਼ਾਈਨ, ਪੋਲਿਸ਼ ਦੇ ਸ਼ੇਡੇ 'ਚ ਹੋਰ ਵੀ ਕਈ ਹੁੰਦੇ ਨੇ, ਤੁਸੀਂ ਆਪਦੇ ਹਿਸਾਬ ਨਾਲ ਪੋਲਿਸ਼ ਦਾ ਸ਼ੇਡ ਕਰਵਾ ਸਕਦੇ ਹੋ। ਰਹੀ ਗੱਲ ਫੈਬਰਿਕ ਦੀ ਫੋਮ ਦੀ, ਆਪਾਂ ਪੋਲਿਸ਼ ਬਾਰੇ ਜਾਂ ਕਾਰਵਿੰਗ ਵਾਲੇ ਕਢਾਈ ਬਾਰੇ ਤਾਂ ਬਹੁਤ ਗੱਲ ਕਰ ਲਈ, ਉਹਦਾ ਫੋਮ ਵਗੈਰਾ ਦਾ ਦੱਸੋ, ਜਿੱਥੇ ਆਪਾਂ ਬਹਿਣਾ ਗਾ, ਕਿਵੇਂ ਕੀ ਕੰਪਨੀ ਦੇ ਆਪਾਂ ਯੂਜ਼ ਕਰਦੇ ਹਾਂ, ਕੀ ਉਹਦੀ ਗਰੰਟੀ ਵਾਰੰਟੀ ਹੁੰਦੀ ਹੈ ਮੇਨ, ਮਤਲਬ ਜਿਹੜਾ ਇੰਨੇ ਪੈਸੇ ਲਾਉਂਦਾ ਗਾ ਉਹ ਅਗਲਾ ਗਰੰਟੀ ਵਾਰੰਟੀ ਤਾਂ ਲਊਗਾ ਹੀ ਲਊਗਾ, ਵੀ ਕੀ ਗਰੰਟੀ ਵਾਰੰਟੀ ਦਿੰਦੇ ਆਪਾਂ। ਦੁਕਾਨਦਾਰ ਕੀ ਕਰਦੇ, ਜਿਹੜੇ ਕਾਰਬਿਨ ਦੇ ਸੋਫੇ ਨੇ ਜ਼ਿਆਦਾਤਰ ਭਰਾਈ ਸਿਰਫ ਲਾਸਟਿਕ ਦੀ ਨਮਾਰ ਲਾ ਕੇ ਉੱਤੇ ਗੱਦੀ ਰੱਖ ਦਿੰਦੇ ਹਾਂ ਆਪਾਂ, ਇਹਨਾਂ 'ਤੇ ਵੀ ਪਹਿਲਾਂ ਸਪਰਿੰਗ ਲਾਉਂਦੇ ਹਾਂ ਜੀ, ਸਪਰਿੰਗ ਲਾ ਕੇ ਨਮਾਰ ਲੱਗ ਗਈ, ਅੱਧਾ ਇੰਚੀ ਹਿੱਟ ਲਾਉਣ ਲੱਗ ਗਈ, ਇਸ ਤੋਂ ਬਾਅਦ ਆਪਾਂ ਗੱਦਾ ਧਰਦੇ ਹਾਂ, ਉਹ ਜਿਵੇਂ ਫੈਦਰ ਫੋਮ ਹੋ ਗਈ ਜੀ ਜਾਂ HR ਦਾ ਗੱਦਾ ਹੋ ਗਿਆ। ਬਾਕੀ ਜੇ ਕੋਈ ਕਸਟਮਰ ਕਹੇ ਸਲੀਪ ਵੈਲ ਵਗੈਰਾ ਆਪਾਂ ਕਰਨਾ ਗਾ, ਆਪਾਂ ਉਹ ਵੀ ਰੱਖ ਸਕਦੇ ਹਾਂ। ਬਾਕੀ ਗਰੰਟੀ ਵਾਰੰਟੀ ਇਹਨਾਂ ਦੀ ਕੀ ਹੁੰਦੀ ਹੈ? ਗਰੰਟੀ ਇਹਦੀ ਤਾਂ 12 ਸਾਲ ਦੀ ਹੁੰਦੀ ਹੈ ਜੀ, ਸਾਗਵਾਨ ਵਾਲੇ ਦੀ ਕੰਪਲੀਟ ਦੀ। 12 ਸਾਲ ਦੇ ਵਿੱਚ ਲੱਕੜ ਖਰਾਬ ਹੁੰਦੀ ਹੈ, ਲੱਕੜ ਨੂੰ ਕੀੜਾ ਲੱਗਦਾ ਜਾਂ ਗੱਦੀ ਬੈਠਦੀ ਹੈ, ਕੱਪੜਾ ਆਪਣੇ ਆਪ ਖਰਾਬ ਹੁੰਦਾ, ਉਹਦੀ 12 ਸਾਲ ਦੀ ਗਰੰਟੀ ਹੈ। ਠੀਕ ਹੈ, ਮਤਲਬ ਫੁੱਲ ਸੋਫੇ ਦੀ ਕਹਿਣ ਦਾ ਭਾਵ 12 ਸਾਲ ਦੀ ਗਰੰਟੀ ਰਹਿਣ ਵਾਲੀ ਹੈ, ਵੀ ਨਾ ਆਪਾਂ ਫੋਮ ਦੀ ਗੱਲ ਕਰੀਏ ਜਾਂ ਜਿਹੜੀ ਮਰਜ਼ੀ, ਨਿਵੇਂ ਬਾਜ਼ਾਰ ਦੇ ਵਿੱਚ 5-5 ਸਾਲਾਂ ਦੀ ਆਮ ਗਰੰਟੀ ਦਿੰਦੇ ਨੇ, ਆਪਾਂ ਕਾਰਵਿੰਗ ਵਾਲੇ ਸੋਫੇ ਦੀ ਖੁੱਲ੍ਹ ਕੇ ਗਾਹਕ ਨੂੰ 12 ਸਾਲ ਦੀ ਗਰੰਟੀ ਦੇ ਸਕਦੇ ਹਾਂ, ਉਹ ਵੀ ਸਾਗਵਾਨ ਦੇ ਸੋਫੇ ਦੇ, ਟਾਲੀ ਦਾ ਸੋਫਾ ਹੁੰਦਾ ਗਾ, ਆਪਾਂ 12 ਸਾਲ ਦੀ ਫੁੱਲ ਗਰੰਟੀ ਦੇ ਸਕਦੇ ਹਾਂ। ਬਾਕੀ ਰਹੀ ਗੱਲ ਫੈਬਰਿਕ ਦੀ, ਆਮ ਤੌਰ ਤੇ ਮੈਂ ਬਾਜ਼ਾਰਾਂ ਦੇ ਵਿੱਚ ਆਪਾਂ ਜਿਵੇਂ ਚੈਨਲ ਚੁਨਲ ਕਈ ਲੋਕਾਂ ਦੇ ਦੇਖਦੀ ਰਹਿੰਦੇ ਹਾਂ, ਸੋਫਾ ਤਾਂ ਜਿਵੇਂ ਸਾਗਵਾਨ ਦਾ ਹੀ ਬਣਾਉਣਗੇ, ਸਾਰਾ ਕੰਮ ਵਧੀਆ ਕਰ ਦੇਣਗੇ, ਪਰ ਕੱਪੜੇ ਤਾਂ ਹੀ ਆ ਕੇ ਮਾਰ ਖਾ ਜਾਂਦੇ ਨੇ, ਕੱਪੜਾ ਅਗਲਾ 100 ਰੁਪਏ 150-200 ਮੀਟਰ ਵਾਲੇ ਨੂੰ 7-7-8-8 ਰੁਪਏ ਦਾ ਕਹਿ ਕੇ ਉਹੋ ਜਿਹਾ ਕੱਪੜਾ ਲਾ ਆਉਂਦੇ ਨੇ, ਵੀ ਕਸਟਮਰ ਨੂੰ ਪਾਗਲ ਬਣਾਉਣ ਵਾਲੀ ਗੱਲ ਹੋ ਜਾਂਦੀ ਹੈ ਜਿਹਨੇ 1000 ਰੁਪਏ ਦਿੱਤੇ ਨੇ, ਤੇ ਆਪਾਂ ਕੀ ਕੁਆਲਿਟੀ ਯੂਜ਼ ਕਰਦੇ ਹਾਂ ਸਾਰੀ ਚੀਜ਼ ਦੀ? ਆਪਾਂ ਕੱਪੜੇ ਦੀ ਜਿਹੜੀ ਕੁਆਲਿਟੀ ਲਾਉਣੀ ਆ ਜਿਹਨੇ, ਇਹ ਤੇ ਆਪਾਂ 900 ਰੁਪਏ ਮੀਟਰ ਵਾਲਾ ਕੱਪੜਾ ਲਾਈਦਾ ਜੀ, ਜਿਹੜਾ 900 ਰੁਪਏ ਮੀਟਰ ਆਪਾਂ ਨੂੰ ਆਉਂਦਾ, ਆਪਾਂ ਨੂੰ ਆਉਂਦਾਗਾ 900, ਉਹ ਕਸਟਮਰ ਲੈ ਕੇ ਉਹਨੂੰ 1500-1600 ਰੁਪਏ ਕੱਪੜਾ ਮਿਲੂਗਾ, ਤੇ ਜਿਹੜਾ 900 ਰੁਪਏ ਮੀਟਰ ਵਾਲਾ ਆਪਾਂ ਕੱਪੜਾ ਲਾਉਣੇ ਉਹ ਵੀ ਬ੍ਰਾਂਡ ਹੋਊਗਾ, ਕੰਪਨੀ ਦਾ ਹੋਊਗਾ, ਇਹ ਨਹੀਂ ਹੈਗਾ ਵੀ ਲੋਕਲ ਬ੍ਰਾਂਡ ਆ। ਅੱਛਾ, ਵੀ ਲੋਕਲ ਬ੍ਰਾਂਡ ਦਾ ਆਪਾਂ ਕਾਰਵਿੰਗ ਵਾਲੇ ਸੋਫੇ ਤੇ ਕੋਈ ਵੀ ਕੱਪੜਾ ਨਹੀਂ ਲਾਉਂਦੇ, ਸਾਰਾ ਜਿਹੜਾ ਆਪਾਂ ਕੱਪੜਾ ਲਾਉਂਦੇ ਆ ਬ੍ਰਾਂਡਡ ਕੱਪੜਾ ਲਾਉਂਦੇ ਆ। ਮੰਨ ਲਓ 900 ਰੁਪਏ ਦੇ ਅਗਲਾ ਆਪਣੇ ਤੋਂ ਕਟਿੰਗ ਲੈ ਚੇ, ਬਾਜ਼ਾਰ ਦੇ ਵਿੱਚ ਪਤਾ ਕਰ ਲੇ ਵੀ ਰੇਟ ਹੈਗਾ ਕੀ ਹੈ, ਜੇ ਅਗਲੇ ਨੇ 900 ਰੁਪਏ ਦੇ ਹਿਸਾਬ ਨਾਲ ਪੈਸੇ ਘਟਾਉਣੇ ਨੇ, ਵੀ ਅਗਲੇ ਨੇ ਕੱਪੜਾ ਆਪਦਾ ਦੇਣਾ ਗਾ, ਬਹੁਤ ਕਸਟਮਰ ਹੁੰਦੇ ਨੇ ਜਿਹੜੇ ਵਿਸ਼ਵਾਸ ਨਹੀਂ ਕਰਦੇ, ਵਿਸ਼ਵਾਸ ਤਾਂ ਖੈਰ ਕਰਨਾ ਹੀ ਪੈਂਦਾ ਗਾ, ਪਰ ਜੇ ਵਿਸ਼ਵਾਸ ਅਗਲਾ ਨਹੀਂ ਵੀ ਕਰਦਾ, ਵੀ ਆਪਾਂ ਅਗਲੇ ਨੂੰ ਖੁੱਲ੍ਹ ਕੇ ਕਹਿ ਸਕਦੇ ਹਾਂ ਵੀ 900 ਰੁਪਏ ਹੁਣ ਆਪਾਂ ਪੈਸੇ ਕੱਟ ਦਾਂਗੇ, ਜਿੱਥੋਂ ਮਰਜ਼ੀ ਤੁਸੀਂ ਜਿੰਨਾ ਮਰਜ਼ੀ ਵਧੀਆ ਕੱਪੜਾ ਲਿਓ, ਵੀ ਜੇ ਅਗਲਾ ਬਾਜ਼ਾਰ 'ਚ ਜਾ ਕੇ ਪਤਾ ਕਰੂਗਾ ਆਪਣੇ ਕੱਪੜੇ ਨੂੰ, ਉਹ 14-1500 ਰੁਪਏ ਤੋਂ ਮੈਨੂੰ ਪਤਾ ਆਪਣੇ ਘੱਟ ਮਿਲਣਾ ਨਹੀਂ ਹੈ ਨਾ ਗਾਹਕ ਨੂੰ। ਬਾਕੀ ਆਪਾਂ ਦੇਖਦੇ ਹਾਂ ਦੁਕਾਨਦਾਰ ਕੀ ਜ਼ਿਆਦਾਤਰ ਤਾਂ ਸਿੰਗਲ ਕੱਪੜੇ ਦੇ ਵਿੱਚ ਹੀ ਬਣਾਉਂਦੇ ਨੇ ਜਾਂ ਵੱਧ ਤੋਂ ਵੱਧ ਦੋ ਕੱਪੜੇ, ਆਪਾਂ ਕਾਰਵਿੰਗ ਵਾਲੇ ਸੋਫਿਆਂ ਤੇ ਕੱਪੜਾ ਵੀ 3-3-4-4 ਤਰ੍ਹਾਂ ਦਾ ਲਾ ਦਿੰਦੇ। ਸਹੀ ਗੱਲ ਹੈ, ਇਹ ਵੀ ਜਿਹੜਾ ਇੱਕ ਗੱਲ ਹੋ ਰਿਹਾ ਬਾਈ, ਲੋਕਾਂ ਨੂੰ ਇਹ ਚੀਜ਼ ਦਾ ਥੋੜਾ ਜਿਹਾ ਘੱਟ ਪਤਾ ਹੈਗਾ, ਤਾਂ ਹੀ ਵੀਡੀਓ ਦੇ ਵਿੱਚ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਮਤਲਬ ਇੱਕ ਤਰ੍ਹਾਂ ਦਾ ਕੱਪੜਾ ਵੀ ਮਿਲ ਜਾਂਦਾ ਗਾ, ਲੋਕਲ ਦਾ ਵੀ ਵਧੀਆ ਮਿਲ ਜਾਂਦਾ ਗਾ, ਦੋ ਤਰ੍ਹਾਂ ਦਾ ਵੀ ਲੋਕਲ ਦਾ ਆਪਾਂ ਆਪ ਮੈਚਿੰਗ ਕਰਕੇ ਵਧੀਆ ਬਣਾ ਲੈਂਦੇ ਆ, ਪਰ ਇੱਕ ਫਾਈਲਾਂ ਹੁੰਦੀਆਂ ਗਿਆ ਕੱਪੜੇ, ਜਿਹੜੇ ਬ੍ਰਾਂਡਡ ਫਾਈਲਾਂ ਹੁੰਦੀਆਂ ਗਿਆ, ਉੱਥੇ ਮੈਚਿੰਗ ਆਪ ਹੀ ਕੀਤੀ ਵੀ ਹੁੰਦੀ ਹੈ ਸਾਰੇ ਕੱਪੜਿਆਂ ਦੀ। ਮਤਲਬ ਇੱਕ ਪਲੇਨ ਕੱਪੜਾ ਲੈ ਲਿਆ, ਉਹਨਾਂ 3-4-5 ਤਰ੍ਹਾਂ ਦੀ ਪ੍ਰਿੰਟਡ ਦੀ ਮੈਚਿੰਗ ਕੀਤੀ ਹੋਊ, ਵੀ ਆਪਾਂ ਉਹਦੇ ਜਿਹੜੇ ਫਲੈਪ ਬਣਾਉਣੇ ਨੇ ਸੋਫੇ ਦੇ ਉਹ ਆਪਾਂ ਕਿਸੇ ਹੋਰ ਕਲਰ ਦੇ ਵਿੱਚ ਬਣਵਾ ਸਕਦੇ ਹਾਂ, ਪਿੱਲੋ ਹੋ ਗਏ ਉਹ ਆਪਾਂ 2-3 ਕਲਰਸ ਦੇ ਵਿੱਚ ਕੰਬੀਨੇਸ਼ਨ ਕਰ ਸਕਦੇ ਹਾਂ, ਬੈਕ ਕਿਸੇ ਹੋਰ 'ਚ, ਸੀਟ ਕਿਸੇ ਹੋਰ 'ਚ, ਉਹ ਚੀਜ਼ ਔਕਵਰਡ ਵੀ ਨਹੀਂ ਲੱਗਦੀ ਤੇ ਬਾਹਲੀ ਚੱਕਵੀ ਵੀ ਨਹੀਂ ਲੱਗਦੀ, ਉਹ ਚੀਜ਼ ਇਹ ਚੀਜ਼ਾਂ ਦੇ ਵਿੱਚ ਵਧੀਆ ਲੱਗਦੀ ਹੈ, ਹਨਾ। ਠੀਕ ਹੈ, ਤੇ ਬਾਕੀ ਹੋਰ ਸਾਰੇ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਰਾ ਫੈਕਟਰੀ ਦਾ ਤੁਸੀਂ ਸਿਸਟਮ ਦੇਖ ਸਕਦੇ ਹੋ, ਸਾਰੇ ਤਰ੍ਹਾਂ ਦੇ ਸੋਫੇ ਬਣਦੇ ਨੇ, ਕੁਸ਼ਨਿੰਗ ਵਾਲੇ ਤੇ ਲੱਕੜ ਦੇ ਸੋਫੇ, ਸਾਰੀਆਂ ਰੂਮ ਚੇਅਰਾਂ ਹੋ ਗਈਆਂ, ਸਾਰੇ ਤਰ੍ਹਾਂ ਦੀ ਚੀਜ਼ ਇੱਥੇ ਫੈਕਟਰੀ ਦੇ ਵਿੱਚ ਬਣਦੀ ਹੈ। ਬਾਕੀ ਆ ਕਿਸੇ ਕਸਟਮਰ ਦਾ ਚੈਸਟਰ ਬਣਿਆ ਹੋਇਆ, ਚੈਸਟਰ ਫੀਲਡ ਸੋਫਾ ਬਣਿਆ ਹੋਇਆ ਹੈਗਾ, ਇਹ ਵੀ ਬਾਜ਼ਾਰਾਂ ਦੇ ਵਿੱਚ ਤਕਰੀਬਨ 12-12 ਹਜ਼ਾਰ ਰੁਪਏ ਸੀਟ ਦੇ ਨੂੰ ਵਿਕਦਾ ਗਾ, ਪਰ ਸਾਡੇ ਤੇ ਇਹਦੇ ਵੀ ਮਤਲਬ ਬਹੁਤ ਰੇਟ ਘੱਟ ਨੇ, ਬਰਨਾਲਾ ਬੁੱਟਸ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ।